ਪੰਜਾਬ ਦੇ ਪਾਣੀਆਂ ਉੱਤੇ ਪੰਜਾਬ ਦਾ ਹੱਕ ਹੈਗਾ, ਇੱਕ ਵੀ ਬੂੰਦ ਪੰਜਾਬ ਦੇ ਪਾਣੀ ਦੀ ਕਿਸੇ ਵੀ ਸੂਬੇ ਨਹੀਂ ਜਾਣ ਦਿਆਂਗੇ। ਜਿਹੜੀ ਵੀ ਕੁਰਬਾਨੀ ਕਰਨੀ ਪਈ ਪੰਜਾਬ ਲਈ ਉਹ ਕੁਰਬਾਨੀ ਕਰਾਂਗੇ, ਆਪਣੀ ਜਾਨ ਕੁਰਬਾਨ ਕਰ ਦਿਆਂਗੇ, ਇੱਕ ਵੀ ਬੂੰਦ ਪਾਣੀ ਦੀ ਪੰਜਾਬ ਦੇ ਪਾਣੀ ਦੀ ਬਾਹਰਲੇ ਸੂਬੇ ਨਹੀਂ ਜਾਊਗੀ। ਮੈਂ ਹੈਰਾਨ ਹੈਗਾ ਕਿ ਜਿਹੜੇ ਲੋਕ ਸਾਨੂੰ ਸਵਾਲ ਪੁੱਛ ਰਹੇ ਨੇ ਕਿ ਇਹ ਸਾਰਾ ਮੁੱਦਾ ਉਹਨਾਂ ਦੀਆਂ ਸਰਕਾਰਾਂ ਸਮੇਂ ਖੜਾ ਹੋਇਆ, ਜਦੋਂ ਪੰਜਾਬ ਵਿੱਚ ਇਹਨਾਂ ਲੋਕਾਂ ਦੀ ਸਰਕਾਰ ਹੁੰਦੀ ਸੀਗੀ ਉਦੋਂ ਸਾਰੇ ਮੁੱਦੇ ਖੜੇ ਹੋਏ, ਉਦੋਂ ਇਹ ਮੁੱਦੇ ਪੈਦਾ ਕੀਤੇ ਗਏ, ਅੱਜ ਉਹਨਾਂ ਮੁੱਦਿਆਂ 'ਤੇ ਸਿਆਸਤ ਕਰ ਰਹੇ ਨੇ ਲੋਕ। ਬਿਲਕੁਲ ਸਪਸ਼ਟ ਕਰਦੇ ਹਾਂ ਕਿ ਪੰਜਾਬ ਸਰਕਾਰ ਇੱਕ ਵੀ ਬੂੰਦ ਪਾਣੀ ਦੀ ਬਾਹਰ ਨਹੀਂ ਜਾਣ ਦੇਊਗੀ, ਇਹਦੇ ਲਈ ਕੋਈ ਵੀ ਲੜਾਈ ਲੜਦੀ ਪਈ ਅਸੀਂ ਡਟ ਕੇ ਲੜਾਂਗੇ। ਔਰ ਦੂਜੇ ਪਾਸੇ ਪੰਜਾਬ ਸਰਕਾਰ ਸਾਡੀ ਸਰਕਾਰ ਜਿਹੜੀ ਆ ਉਹ ਸਾਰੇ ਜਿਹੜੇ ਯੋਜਨਾਵਾਂ ਬਣਾ ਰਹੇ ਹਾਂ, ਸਕੀਮਾਂ ਬਣਾ ਰਿਹਾ ਕਿ ਕਿਵੇਂ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾਵੇ, ਕਿਉਂਕਿ ਇਹਨਾਂ ਲੋਕਾਂ ਦੀਆਂ ਸਰਕਾਰਾਂ ਸਮੇਂ, ਚਾਹੇ ਅਕਾਲੀ ਦਲ ਆ, ਬੀਜੇਪੀ ਆ, ਕਾਂਗਰਸ ਆ, ਇਹਨਾਂ ਦੀਆਂ ਸਰਕਾਰਾਂ ਸਮੇਂ ਧਰਤੀ ਹੇਠਲਾ ਪਾਣੀ ਥੱਲੇ ਨੂੰ ਗਿਆ ਔਰ ਸਾਡਾ ਨਦੀਆਂ ਨਹਿਰਾਂ ਦਾ ਪਾਣੀ ਪੋਲਿਊਟ ਕੀਤਾ ਗਿਆ। ਆਮ ਆਦਮੀ ਪਾਰਟੀ ਸਰਕਾਰ ਬਣੀ ਆ, ਬਿਲਕੁਲ ਸਾਰੀਆਂ ਸਕੀਮਾਂ ਬਣਾਵਾਂਗੇ ਔਰ ਪਾਣੀ ਧਰਤੀ ਹੇਠਲਾ ਪਾਣੀ ਬਚਾਵਾਂਗੇ, ਨਦੀਆਂ ਨਾਲਿਆਂ ਦਾ ਪਾਣੀ ਜਿਹੜਾ ਪੋਲਿਊਟ ਕੀਤਾ ਉਹਨੂੰ ਬਚਾਵਾਂਗੇ ਔਰ ਇੱਕ ਵੀ ਬੂੰਦ ਪੰਜਾਬ ਦੀ, ਮੈਂ ਇੱਕ ਵਾਰ ਫਿਰ ਸਪਸ਼ਟ ਕਰਦਾ, ਇੱਕ ਵੀ ਬੂੰਦ ਪੰਜਾਬ ਦੀ ਪੰਜਾਬ ਦੇ ਪਾਣੀ ਦੀ ਬਾਹਰਲੇ ਸੂਬਿਆਂ ਨੂੰ ਨਹੀਂ ਜਾਊਗੀ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇ।